ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਦੋਸਤੋ, ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਅੱਲਾ ਪਾਕ ਤੁਹਾਡੇ 'ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ। ਪਾਕਿਸਤਾਨ ਵਾਲੇ ਔਰ ਬਾਹਰ ਵਾਲੇ ਮਿੱਠੇ ਖੁਸ਼ ਆਮਦੀਦ। ਮੈਂ ਤੁਹਾਡਾ ਆਪਣਾ ਦੋਸਤ ਸ਼ਾਨਵਾਜ਼ ਅਤੇ ਤੁਸੀਂ ਦੇਖਦੇ ਪਏ ਹੋ ਮੇਰਾ ਯੂਟਿਊਬ ਚੈਨਲ SN ਵਲੌਗ। ਅੱਜ ਨਵੀਆਂ ਗੱਡੀਆਂ ਅਤੇ ਨਵੀਂ ਵੀਡੀਓ ਲੈ ਕੇ ਮੈਂ ਆਪਣੇ ਦੋਸਤਾਂ ਵਾਸਤੇ ਆ ਗਿਆ ਵਾਂ। ਗੱਡੀ ਦੋਸਤੋ ਜਿਹੜੀ ਤੁਹਾਡੇ ਵਾਸਤੇ ਲੈ ਕੇ ਆਇਆ, ਕਾਫੀ ਸਾਰੇ ਦੋਸਤਾਂ ਦੀ ਡਿਮਾਂਡ ਸੀ ਭਾਈ ਜਾਨ ਕੋਈ ਕੱਟ ਵਾਲੀ ਗੱਡੀ ਹੋਵੇ ਹੀਨੋ ਜਾਂ ਨਿਸ਼ਾਨ ਮੁਨਾਸਬ ਰੇਟ ਦੇ ਵਿੱਚ, ਕਿਉਂਕਿ ਗੱਡੀਆਂ ਦੀ ਮਾਰਕੀਟ ਅੱਜ ਕੱਲ੍ਹ ਬਹੁਤ ਜ਼ਿਆਦਾ ਤੇਜ਼ ਆ। ਸਾਰੇ ਦੋਸਤਾਂ ਨੂੰ ਪਤਾ ਵਾ ਕਿ ਗੱਡੀਆਂ ਦੇ ਰੇਟ ਥੋੜ੍ਹੇ ਜ਼ਿਆਦਾ ਵਾ, ਅਤੇ ਇਸ ਵਜ੍ਹਾ ਤੋਂ ਗੱਡੀ ਜਿਹੜੀ ਜੈਨੂਇਨ ਗੱਡੀ ਆ ਉਹਨਾਂ ਦੀਆਂ ਕੀਮਤਾਂ ਹੀ ਬਹੁਤ ਜ਼ਿਆਦਾ ਹਾਈ ਆ। ਅਤੇ ਕੱਟ ਵਾਲੀ ਗੱਡੀ ਦੇ ਵਿੱਚ ਤਾਂ ਐਡਾ ਜ਼ਿਆਦਾ ਜੈਨੂਇਨ 'ਚ ਫਰਕ ਇਹੀ ਹੁੰਦਾ ਕਿ ਉਹਦੇ ਕਾਗਜ਼ ਲੋਅ ਮਾਡਲ ਦੇ ਹੁੰਦੇ ਆ, ਬਾਕੀ ਤਾਂ ਹਰ ਚੀਜ਼ ਤਕਰੀਬਨ ਸਮਾਂ ਗੱਡੀਆਂ ਦੀ ਸੇਮ ਹੀ ਹੁੰਦੀ ਆ ਮਾਡਲਾਂ ਦੇ ਹਿਸਾਬ ਨਾਲ। ਅਤੇ ਜਿਹੜੀ ਅੱਜ ਗੱਡੀ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਾ ਹੈ, ਵੈਸੇ ਗੱਡੀ SG ਆ। ਇਹ 1996-97 ਮਾਡਲ 'ਚ ਗੱਡੀਆਂ ਆਈਆਂ ਸੀ, ਪਾਕਿਸਤਾਨ ਸੰਭਲ ਗੱਡੀ ਹੈ, ਗੋਲ ਬੱਤੀ ਵਾਲੀ SG ਵੀ ਕਹਿ ਦਿੰਦੇ ਆ। ਟੈਂਕਰ ਥੱਲੇ ਚੱਲਦੀ ਹੈ ਗੱਡੀ, ਅਤੇ ਕਾਫੀ ਸਾਰੇ ਦੋਸਤਾਂ ਕੋਲ ਗੱਡੀਆਂ ਹੈ, ਉਹਨਾਂ ਨੂੰ ਪਤਾ ਵਾ ਸਾਦਾ ਗੱਡੀ ਹੁੰਦੀ ਹੈ, ਟਰਬੋ ਨੀਗੀ। ਅਤੇ ਦੋਸਤੋ ਇਹ ਗੱਡੀ ਜਿਹੜੀ ਆ ਇਹਨੂੰ ਕਾਗਜ਼ ਜਿਹੜੇ ਲੱਗੇ ਆ ਉਹ GTN ਨਿਸ਼ਾਨ ਦੇ ਲੱਗੇ ਹੋਏ, 1985 ਮਾਡਲ ਦੇ, ਗਿਲਗਿਤ ਦਾ ਨੰਬਰ ਆ, 1985 ਮਾਡਲ ਆ। ਔਰ ਗੱਡੀ ਸਾਰੀ ਹੀਨੋ ਆ, SG ਹੀਨੋ ਨੂੰ ਕਾਗਜ਼ ਜਿਹੜੇ ਆ ਇਹਨੂੰ ਆਪਣੇ ਨਿਸ਼ਾਨ ਦੇ ਲੱਗੇ। ਅਗਰ ਕੋਈ ਦੋਸਤ ਕਾਗਜ਼ਾਂ ਨਾਲ ਲੈਣਾ ਚਾਹੇ ਤਾਂ ਗੱਡੀ ਮਿਲ ਜਾਏਗੀ, ਬਗੈਰ ਕਾਗਜ਼ਾਂ ਤੋਂ ਲੈਣਾ ਚਾਹੇ ਤਾਂ ਫਿਰ ਵੀ ਉਹਨੂੰ ਇਹ ਗੱਡੀ ਮਿਲ ਜਾਏਗੀ। ਬਾਕੀ ਹੁਣ ਗੱਡੀ ਜਿਹੜੀ ਆ ਤੁਹਾਨੂੰ ਚੈੱਕ ਕਰਾਉਂਦੇ ਹਾਂ, ਗੱਡੀ ਤੁਸੀਂ ਪਹਿਲੇ ਦੇਖ ਲਓ ਅਤੇ ਬਾਕੀ ਇਹਦੀ ਡਿਮਾਂਡ ਜਿਹੜੀ ਆ ਤੁਹਾਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ। ਆਓ ਗੱਡੀ ਦੇਖਦੇ ਹਾਂ। ਦੋਸਤੋ ਗੱਡੀ ਤੁਸੀਂ ਚੈੱਕ ਕਰਦੇ ਪਏ ਹੋ ਵੀਡੀਓ 'ਚ, ਬੜੀ ਪਿਆਰੀ ਔਰ ਅੱਛੀ ਗੱਡੀ ਆ, ਹੀਨੋ SG ਆ, ਗੋਲ ਬੱਤੀ ਵਾਲੀ, ਔਰ ਇਹ ਕੱਟ ਵਾਲੀ ਗੱਡੀ ਆ। ਕਾਫੀ ਸਾਰੇ ਦੋਸਤ ਕਹਿੰਦੇ ਸੀ ਯਾਰ ਕੋਈ ਕੱਟ ਵਾਲੇ ਗੱਡੀ ਲੈ ਕੇ ਉਹ ਮੁਨਾਸਬ ਰੇਟ 'ਤੇ ਜਿਹੜੀ ਹੋਵੇ। ਅਤੇ ਗੱਡੀ ਦੇ 1985 ਮਾਡਲ ਦੇ ਕਾਗਜ਼ ਆ ਗੱਡੀ ਨੂੰ, ਗਿਲਗਿਤ ਦਾ ਨੰਬਰ ਆ, ਔਰ ਗੱਡੀ ਸਾਰੀ ਮਾਸ਼ਾਅੱਲਾ ਓਕੇ ਬਾਈ ਓਕੇ ਆ। ਅਗਰ ਕਿਸੇ ਦੋਸਤ ਨੇ ਇਹ ਗੱਡੀ ਲੈਣੀ ਹੋਵੇ ਤਾਂ ਸਾਡੇ ਨਾਲ ਰਾਬਤਾ ਕਰਕੇ ਉਹ ਗੱਡੀ ਲੈ ਸਕਦਾ ਵਾ। ਦੋਸਤੋ ਗੱਡੀ ਦੀ ਜਿਹੜੀ ਕੰਡੀਸ਼ਨ ਆ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਵਾਂ। ਵੀਡੀਓ ਤੁਸੀਂ ਐਂਡ ਤੱਕ ਦੇਖਣੀ ਆ, ਵੀਡੀਓ ਦੇ ਐਂਡ 'ਤੇ ਮੈਂ ਤੁਹਾਨੂੰ ਗੱਡੀ ਦੀ ਡਿਮਾਂਡ ਵੀ ਦੱਸੂੰਗਾ, ਡਿਮਾਂਡ ਬੜੀ ਮੁਨਾਸਬ ਆ। ਔਰ ਗੱਡੀ ਦਾ ਜਿਹੜਾ ਇੰਜਣ ਆ ਦੋਸਤੋ ਆਪਣਾ ਜੈਨੀਅਨ ਆ, ਔਰ ਇਹ ਸਟੈਂਡਰਡ ਦੀ ਆਵਾਜ਼ ਆ, ਕੋਈ ਗੱਡੀ ਆਇਲ ਵਗੈਰਾ ਨਹੀਂ ਖਾਂਦੀ, ਕ੍ਰੈਂਕ ਸਟੈਂਡਰਡ 'ਤੇ ਆ। ਗੇਅਰ ਗੱਡੀ ਦਾ ਜਿਹੜਾ ਵਾ ਉਹ ਵੀ ਬੇ ਆਵਾਜ਼ ਆ, ਆਪਣਾ ਜੈਨੀਅਨ ਆ। ਕਲੱਚ ਗੱਡੀ ਦਾ 15 ਦਾ ਵਾ, ਔਰ ਹਿੱਸਾ ਵੀ ਗੱਡੀ ਦਾ ਬੇ ਆਵਾਜ਼ ਆ, ਤੁਸੀਂ ਟਰਾਈ 'ਤੇ ਚੈੱਕ ਕਰ ਸਕਦੇ ਹੋ ਗੇਅਰ ਹਿੱਸੇ ਦੀ ਟਰਾਈ ਲੈ ਕੇ। ਔਰ ਟਾਇਰ ਗੱਡੀ ਦੇ ਦੋਸਤੋ ਜਿਹੜਾ ਜਪਾਨੀ ਆ, ਸੁਪਰ 87 ਬ੍ਰਿਜਸਟੋਨ ਦੇ 6 ਦੇ 6 ਟਾਇਰ ਗੱਡੀ ਦੇ ਨਵੇਂ ਆ ਮਾਸ਼ਾਅੱਲਾ। 400 ਲੀਟਰ ਦਾ ਟੈਂਕ ਆ ਡੀਜ਼ਲ ਵਾਲਾ, ਔਰ ਬ੍ਰੇਕ ਇਹਦੀ ਪ੍ਰੈਸ਼ਰ ਹੁੰਦੀ ਆ, ਕੈਬਨ ਦੇ ਅੰਦਰ ਗੇਜਾਂ ਮੀਟਰ ਹਰ ਚੀਜ਼ ਗੱਡੀ ਦੀ ਚਾਲੂ ਆ, ਮੁਕੰਮਲ ਆਪਣੀ ਅਸਲੀ ਹਾਲਤ 'ਚ ਵਾ। ਔਰ ਗੱਡੀ ਸਾਰੀ ਮਾਸ਼ਾਅੱਲਾ ਓਕੇ ਬਾਈ ਓਕੇ ਆ। ਜਿਸ ਦੋਸਤ ਨੇ ਲੈਣੀ ਆ ਮਕੈਨੀਕਲ, ਗੱਡੀ ਬੜੀ ਫਿੱਟ ਆ, ਉਹਨੇ ਸਿਰਫ ਇਹਨੂੰ ਡੀਜ਼ਲ ਪਾਉਣਾ ਅਤੇ ਚਲਾਉਣੀ ਆ। ਬੈਟਰੀਆਂ ਵੀ ਗੱਡੀ ਦੀਆਂ ਬਿਲਕੁਲ ਨਿਊ ਆ, ਵੀ ਕੋਈ ਮਕੈਨੀਕਲ ਕੰਮ ਕੋਈ ਨਹੀਂ ਗਾ 1 ਰੁਪਏ ਦਾ ਵੀ ਗੱਡੀ 'ਚ ਨਾ। ਟੈਂਕਰ 'ਤੇ ਚੱਲੀ ਹੋਈ ਗੱਡੀ ਆ, ਤੁਹਾਨੂੰ ਪਤਾ ਕਿ ਜਿਹੜੀ ਗੱਡੀਆਂ ਟੈਂਕਰਾਂ ਥੱਲੇ ਚੱਲਦੀਆਂ ਵਾ ਉਹ ਮਾਸ਼ਾਅੱਲਾ ਗੱਡੀਆਂ ਦੇ ਕੰਮ ਸ਼ਾਮ ਵੀ ਓਕੇ ਰੱਖਦੇ ਆ। ਸੇਫਟੀ ਦਾ ਮਸਲਾ ਹੁੰਦਾ ਉਹਨਾਂ ਦਾ, ਅਗਰ ਕੋਈ ਚੀਜ਼ 'ਚ ਵੀ ਪ੍ਰੋਬਲਮ ਜਾਂ ਮਸਲਾ ਹੋਵੇ ਤਾਂ ਉਹ ਫਿਰ ਗੱਡੀ ਅੰਦਰ ਲੋਡ ਹੀ ਨਹੀਂ ਕਰਦੀ ਕੰਪਨੀ ਨਾ। ਅਤੇ ਬਾਕੀ ਇਹ ਆ ਕਿ ਨੰਬਰ ਦੀ ਤੁਹਾਨੂੰ ਕੰਡੀਸ਼ਨ ਗੱਡੀ ਦੀ ਦੱਸ ਦਿੱਤੀ ਆ, ਟਾਇਰ ਵੀ ਗੱਡੀ ਨੂੰ ਅੱਛੇ ਲੱਗੇ ਆ,
ਰਿਮ ਵੀ ਗੱਡੀ ਨੂੰ ਚੈਨਾਂ ਦੇ ਲੱਗੇ ਹੋਏ ਆ ਅੱਛੇ। ਔਰ ਇਸ ਗੱਡੀ ਦੀ ਡਿਮਾਂਡ ਵੀ ਪਹਿਲੇ ਕਾਫੀ ਸਾਰੇ ਦੋਸਤ ਕਰਦੇ ਸੀ ਵੀ ਯਾਰ ਇਹ ਗੱਡੀ ਲੈ ਕੇ ਆਓ, ਲੇਕਿਨ ਉਦੋਂ ਸਾਡੇ ਕੋਲ ਗੱਡੀ ਮੌਜੂਦ ਕੋਈ ਨਹੀਂ ਸੀ। ਹੁਣ ਇਹ ਦੋਸਤੋ ਗੱਡੀ ਆਈ ਹੈ ਅਤੇ ਮੈਂ ਕਿਹਾ ਤੁਹਾਡੇ ਨਾਲ ਇਹ ਗੱਡੀ ਸ਼ੇਅਰ ਕਰ ਦਈਏ। ਵੀਡੀਓ ਤੁਸੀਂ ਐਂਡ ਤੱਕ ਦੇਖਣੀ, ਵੀਡੀਓ ਦੇ ਐਂਡ 'ਤੇ ਤੁਹਾਨੂੰ ਮੈਂ ਗੱਡੀ ਦੀ ਡਿਮਾਂਡ ਦੱਸੂੰਗਾ। ਅਤੇ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਆ ਕਰੋ। ਔਰ ਇਹਦੀ ਹੈਂਡ ਬ੍ਰੇਕ ਜਿਹੜੀ ਆ ਸਟੇਅਰਿੰਗ ਦੇ ਨਾਲ ਜਿਵੇਂ ਐਫ ਜੀ 8J ਜਾਂ 2P 'ਚ 1J 'ਚ ਆਉਂਦੀ ਆ, ਉਹ ਇਹਦੀ ਜੈਨੀਅਨ ਆ। ਟ੍ਰੇਲਰ ਦੀ ਹੈਂਡ ਬ੍ਰੇਕ ਨਾਲ ਪ੍ਰੈਸ਼ਰ ਲੱਗੀ ਹੋਈ ਆ ਵਿੱਚ, ਗੱਡੀ ਦੀ ਜੈਨੀਅਨ। ਔਰ ਐਵਰੇਜ ਵੀ ਗੱਡੀ ਦੀ ਡੀਜ਼ਲ ਦੀ ਬੜੀ ਅੱਛੀ ਆ। ਬਾਕੀ ਕੰਡੀਸ਼ਨ ਗੱਡੀ ਦੀ ਤੁਸੀਂ ਵੀਡੀਓ 'ਚ ਦੇਖਦੇ ਪਏ ਹੋ। ਮਜ਼ੀਦ ਅਗਰ ਕੋਈ ਦੋਸਤ ਇਸ ਗੱਡੀ ਦੇ ਬਾਰੇ 'ਚ ਕੋਈ ਮਾਲੂਮਾਤ ਗੱਲ ਸਾਡੇ ਕੋਲ ਪੁੱਛਣਾ ਚਾਹੇ ਤਾਂ ਉਹ ਸਾਡੇ ਨਾਲ ਰਾਬਤਾ ਕਰ ਸਕਦਾ। ਵੀਡੀਓ 'ਚ ਨੰਬਰ ਮੈਂ ਆਪਣਾ ਦੇ ਦੂੰਗਾ। ਦੋਸਤੋ ਗੱਡੀ ਤੁਸੀਂ ਦੇਖ ਲਈ ਹੈ ਵੀਡੀਓ ਦੇ ਅੰਦਰ, ਮੁਕੰਮਲ ਗੱਡੀ ਦੇ ਜਿਹੜੇ ਟਾਇਰ ਆ 6 ਦੇ 6 ਸੁਪਰ 87 ਦੇ ਬ੍ਰਿਜਸਟੋਨ ਦੇ ਟਾਇਰ ਆ, ਅੱਛੇ ਬੇਦਾਗ ਟਾਇਰ ਔਰ ਬਿਲਕੁਲ ਨਵੇਂ ਆ, ਚੰਗੀ ਹਾਲਤ ਦੇ ਆ, ਕੋਈ ਗੈਟਸ ਕੋਈ ਕਿਸੇ ਕਿਸਮ ਦਾ ਮਸਲਾ ਨਹੀਂ। ਗੱਡੀ ਦਾ ਜਿਹੜਾ ਗੇਅਰ ਇੰਜਨ ਆ ਉਹ ਆਪਣਾ ਗੇਅਰ ਹਿੱਸਾ ਬੇ ਆਵਾਜ਼ ਆ ਅਤੇ ਇੰਜਨ ਜਿਹੜਾ ਸਟੈਂਡਰਡ ਦੀ ਆਵਾਜ਼ ਆ। ਗੱਡੀ ਇਸ ਟਾਈਮ ਚੱਲ ਰਹੀ ਆ, ਚਾਲੂ ਹਾਲਤ 'ਚ ਆ, ਬਹੁਤ ਅੱਛੀ ਮੀਟਰ ਮੁਕੰਮਲ ਗੱਡੀ ਦਾ ਅੰਦਰੋਂ ਚੱਲਦਾ ਵਾ, ਮੀਟਰ ਦੀਆਂ ਗੇਜਾਂ ਹਰ ਚੀਜ਼ ਮਾਸ਼ਾਅੱਲਾ ਗੱਡੀ ਦੀ ਓਕੇ ਬਾਈ ਓਕੇ ਆ। ਡੱਬਾ ਕੋਈ ਮੇਨ ਐਕਸੀਡੈਂਟ ਵਗੈਰਾ ਨਹੀਂ ਗਾ ਕਿਸੇ ਕਿਸਮ ਦਾ, ਜੈਨੀਅਨ ਕੰਡੀਸ਼ਨ 'ਚ ਡੱਬਾ ਵੀ ਆ। ਬਾਕੀ ਵੀਡੀਓ 'ਚ ਗੱਡੀ ਤੁਸੀਂ ਚੈੱਕ ਕਰ ਲਈ ਆ, 400 ਲੀਟਰ ਦਾ ਇਹਦਾ ਟੈਂਕ ਲੱਗਾ ਹੋਇਆ ਡੀਜ਼ਲ ਵਾਲਾ, ਅਤੇ ਗੱਡੀ ਦਾ ਫਰੇਮ ਅੱਛਾ ਬਣਿਆ ਹੋਇਆ। ਇਹ ਪ੍ਰੈਸ਼ਰ ਹੁੰਦੀ ਆ, ਬ੍ਰੇਕਲ ਬ੍ਰੇਕ ਨਹੀਂ ਗੀ, ਪ੍ਰੈਸ਼ਰ ਬ੍ਰੇਕ ਆ। ਔਰ ਇਹਦੇ ਅੰਦਰ ਸਟੇਅਰਿੰਗ ਦੇ ਨਾਲ ਹੈਂਡ ਬ੍ਰੇਕ ਲੱਗੀ ਹੋਈ ਟ੍ਰੇਲਰ ਜੈਨੀਅਨ, ਜਿਵੇਂ ਐਫ ਜੀ 8J 'ਚ ਆਉਂਦੀ ਆ, ਹੁਣ 4E 2P 'ਚ ਵੀ ਆਈ ਆ, ਇਹਦੇ 'ਚ ਵੀ ਉਹੀ ਸਿਸਟਮ ਆ। ਹੈਂਡ ਬ੍ਰੇਕ ਵੀ ਪਿੱਛੇ ਟ੍ਰੇਲੇ ਦੀ ਲੱਗੀ ਹੋਈ ਆ। ਔਰ ਗੱਡੀ ਰੋਜ਼ੀ ਕਰਨ ਵਾਸਤੇ ਬਹੁਤ ਅੱਛੀ ਆ। ਕਾਗਜ਼ ਇਹਨੂੰ ਜਿਹੜੇ ਤੁਹਾਨੂੰ ਦੱਸਿਆ ਵਾ ਮੈਂ, ਉਹਨਾਂ ਦੇ ਨਾਲ ਅਗਰ ਕੋਈ ਲਵੇ ਤਾਂ ਮਿਲ ਜਾਏਗੀ, ਨਾਲ ਕਾਗਜ਼ਾਂ ਤੋਂ ਬਗੈਰ ਲੈਣਾ ਚਾਹੇ ਤਾਂ ਮਿਲ ਜਾਏਗੀ। ਗੱਡੀ ਦੀ ਡਿਮਾਂਡ ਦੋਸਤੋ 35 ਲੱਖ ਰੁਪਇਆ ਵਾ, ਥੋੜ੍ਹੀ ਬਹੁਤੀ ਮੌਕੇ 'ਤੇ ਇਹਦੇ 'ਚ ਕਮੀ ਪੇਸ਼ੀ ਹੋ ਜਾਏਗੀ। ਅਗਰ ਕੋਈ ਦੋਸਤ ਭਰਾ ਲੈਣਾ ਚਾਹੇ ਤਾਂ ਸਾਡੇ ਨਾਲ ਰਾਬਤਾ ਕਰਕੇ ਗੱਡੀ ਲੈ ਸਕਦਾ ਵਾ। ਅਤੇ ਦੂਸਰੀ ਗੱਡੀ ਜਿਹੜੀ ਆ ਦੋਸਤੋ, ਇਹ ਹੁਣ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਵਾਂ, ਇਹ ਐਫ ਜੀ 8J ਜੈਨੀਅਨ ਗੱਡੀ ਆ, ਪਾਕਿਸਤਾਨ ਮਾਡਲ 2019 ਮਾਡਲ ਆ, ਅਤੇ ਕਰਾਚੀ ਦਾ ਨੰਬਰ ਆ, 2019 ਮਾਡਲ ਆ, ਬਹੁਤ ਪਿਆਰੀ ਔਰ ਅੱਛੀ ਗੱਡੀ ਆ। ਆਓ ਪਹਿਲੇ ਗੱਡੀ ਦੇਖਦੇ ਹਾਂ ਅਤੇ ਫਿਰ ਇਹਦੇ ਡਿਮਾਂਡ 'ਤੇ ਗੱਲ ਕਰਦੇ ਹਾਂ। ਗੱਡੀ ਦੋਸਤੋ ਤੁਸੀਂ ਦੇਖਦੇ ਪਏ ਹੋ, ਹੀਨੋ ਕੰਪਨੀ ਦੀ ਗੱਡੀ ਆ, ਐਫ ਜੀ 8J PM। ਐਫ ਜੀ 8J PM ਗੱਡੀ 2019 ਮਾਡਲ, 2019 ਮਾਡਲ ਆ, 10 ਵੀਲਰ ਮਸ਼ੀਨ ਆ, ਬੜੀ ਪਿਆਰੀ ਔਰ ਅੱਛੀ ਗੱਡੀ ਆ, ਸਾਫ਼ ਸੁਥਰੀ। ਕੰਡੀਸ਼ਨ ਵਾਈਜ਼ ਬਿਲਕੁਲ ਜਿਵੇਂ ਕੰਪਨੀ 'ਚ ਜੈਨੀਅਨ ਗੱਡੀ ਆਉਂਦੀ ਆ ਉਸੇ ਤਰ੍ਹਾਂ ਵਾ। ਕਰਾਚੀ ਸ਼ਹਿਰ ਦਾ ਨੰਬਰ ਆ ਗੱਡੀ ਦਾ। ਟਾਇਰ ਗੱਡੀ ਦੇ ਦੋਸਤੋ ਜਿਹੜੇ ਆ ਉਹ ਰੁਪਈਏ 'ਚੋਂ 8 ਆਨੇ ਅਤੇ 12 ਆਨੇ ਆ। ਇੰਜਣ ਗੇਅਰ ਹਿੱਸਾ ਗੱਡੀ ਦਾ ਕੰਪਨੀ ਬੰਦ ਆ, ਹਜੇ ਤੱਕ ਕੋਈ ਚੀਜ਼ ਖੁੱਲ੍ਹੀ ਨਹੀਂ ਗਈ, ਜਿਵੇਂ ਗੱਡੀ ਕੰਪਨੀ 'ਚੋਂ ਆਈ ਸੀ ਉਸੇ ਕੰਡੀਸ਼ਨ 'ਚ ਆ। ਔਰ ਡੀਜ਼ਲ ਪੰਪ ਤੱਕ ਵੀ ਇਹਦਾ ਹਜੇ ਤੱਕ ਨਹੀਂ ਖੁੱਲ੍ਹਿਆ, ਨਾ ਰਿਪੇਅਰ ਹੋਇਆ ਵਾ। ਕੈਬਨ ਗੱਡੀ ਦਾ ਜਿਹੜਾ ਵਾ ਉਹ ਅਨਟੈਚ ਆ ਹਿੱਸਾ ਗੇਅਰ, ਮਜ਼ੀਦ ਤੁਸੀਂ ਚਲਾ ਕੇ ਆਪਣੀ ਤਸੱਲੀ ਕਰ ਸਕਦੇ ਹੋ। ਕਰੈਂਕ ਸਟੈਂਡਰ ਦੀ ਆਵਾਜ਼ ਆ, ਤੁਹਾਨੂੰ ਕੰਪਨੀ ਬੰਦ ਦਾ ਦੱਸ ਦਿੱਤਾ, ਫਿਰ ਵੀ ਅਗਰ ਕੋਈ ਦੋਸਤ ਚੈੱਕ ਕਰਨਾ ਚਾਹੇ ਤਾਂ ਕਰ ਸਕਦਾ ਵਾ। ਅਤੇ ਕਾਫੀ ਸਾਰੇ ਦੋਸਤ ਕਹਿੰਦੇ ਸੀ ਭਾਈ ਜਾਨ 19-20 ਮਾਡਲ ਕੋਈ ਐਫ ਜੀ 8J ਲੈ ਕੇ ਆਓ, ਅਤੇ ਐਫ ਜੀ 8J 'ਤੇ ਆ ਗਈ ਆ, ਲੇਕਿਨ ਰੇਟ ਗੱਡੀਆਂ ਦੇ ਇਹਨਾਂ ਦੇ ਕਾਫੀ ਤੇਜ਼ ਆ।
ਅਤੇ ਇਸ ਟਾਈਮ ਮਾਰਕੀਟ ਦੇ ਲਿਹਾਜ਼ ਨਾਲ ਜੋ ਮਾਰਕੀਟ ਰੇਟ ਚੱਲ ਰਿਹਾ ਵਾ ਉਹੀ ਰੇਟ ਅਸੀਂ ਤੁਹਾਡੇ ਨਾਲ ਸ਼ੋਅ ਕਰੀਦਾ ਵਾ, ਵੀਡੀਓ 'ਚ ਤੁਹਾਨੂੰ ਦੱਸੀਦਾ ਵਾ। ਅਤੇ ਕਾਫੀ ਸਾਰੇ ਦੋਸਤ ਕਹਿੰਦੇ ਯਾਰ ਰੇਟ ਬੜਾ ਹਾਈ ਹੁੰਦਾ ਵਾ, ਅਤੇ ਭਾਈ ਜਾਨ ਮਾਰਕੀਟ ਤੁਸੀਂ ਮੇਰੇ ਪਿਆਰੇ ਭਾਈ ਹੋ, ਦੋਸਤ ਹੋ ਸਾਡੇ, ਅਤੇ ਤੁਸੀਂ ਮਾਰਕੀਟ ਵੀ ਚੈੱਕ ਕਰ ਸਕਦੇ ਹੋ, ਇਨਸ਼ਾਅੱਲਾ ਰੇਟ ਮਾਰਕੀਟ ਵਾਲਾ ਹੀ ਹੋਏਗਾ। ਬਾਕੀ ਕਾਗਜ਼ਾਤ ਦੀ ਜੋ ਵੀਡੀਓ 'ਚ ਅਸੀਂ ਦੱਸੀਦਾ ਵਾ ਤੁਹਾਨੂੰ, ਇਨਸ਼ਾਅੱਲਾ ਗੱਡੀ ਅਗਰ ਤੁਸੀਂ ਲਓਗੇ ਦੇਖੋਗੇ ਤਾਂ ਉਹੀ ਚੀਜ਼ ਹੋਏਗੀ। ਇਹ ਨਹੀਂ ਵੀ ਜਿਹੜੀ ਗੱਲ ਤੁਹਾਨੂੰ ਅਸੀਂ ਵੀਡੀਓ 'ਚ ਦੱਸ ਰਹੇ ਹਾਂ ਅਤੇ ਉੱਥੇ ਤੁਸੀਂ ਦੇਖੋ ਜਾ ਕੇ ਅਤੇ ਕੋਈ ਹੋਰ ਚੀਜ਼ ਹੋਵੇ, ਇਹ ਗੱਲ ਨਹੀਂ ਹੈ। ਅਤੇ ਇਨਸ਼ਾਅੱਲਾ ਕੋਸ਼ਿਸ਼ ਪੂਰੀ ਕਰੀਦੀ ਹੈ। ਬਾਕੀ ਦੋਸਤੋ ਇਸ ਗੱਡੀ ਦੀ ਜਿਹੜੀ ਡਿਮਾਂਡ ਆ ਤੁਹਾਨੂੰ ਮੈਂ ਐਂਡ 'ਤੇ ਦੱਸੂੰਗਾ, ਵੀਡੀਓ ਤੁਸੀਂ ਐਂਡ ਤੱਕ ਦੇਖਣੀ ਆ। ਦੋਸਤੋ ਗੱਡੀ ਤੁਸੀਂ ਚੈੱਕ ਕਰ ਲਈ ਆ, 2019 ਮਾਡਲ ਆ, ਕਰਾਚੀ ਦਾ ਨੰਬਰ ਆ, ਔਰੇਂਜ ਕਲਰ ਦਾ ਕੈਬਨ ਆ, ਗੱਡੀ ਦਾ ਕੈਬਨ ਅਨਟੈਚ ਆ, ਇੰਜਨ ਗੇਅਰ ਜਿਹੜਾ ਗੱਡੀ ਦਾ ਕੰਪਨੀ ਬੰਦ ਆ, ਸਟੈਂਡਰ ਆ, ਹਜੇ ਤੱਕ ਪੰਪ ਤੱਕ ਡੀਜ਼ਲ ਵਾਲਾ ਜਿਹੜਾ ਉਹ ਨਹੀਂ ਇਹਦਾ ਰਿਪੇਅਰ ਹੋਇਆ, ਜੈਨੂਇਨ ਕੰਡੀਸ਼ਨ 'ਚ ਆ। ਟਾਇਰ ਗੱਡੀ ਦੇ ਰੁਪਈਏ 'ਚੋਂ 8 ਅੰਨੇ ਅਤੇ 12 ਅੰਨੇ ਆ। ਬਾਕੀ ਵੀਡੀਓ 'ਚ ਗੱਡੀ ਤੁਸੀਂ ਸਾਰੀ ਚੈੱਕ ਕਰ ਲਈ ਆ। ਅਗਰ ਇਹ ਕਿਸੇ ਦੋਸਤ ਭਰਾ ਨੂੰ ਗੱਡੀ ਪਸੰਦ ਹੋਵੇ ਤਾਂ ਇਹ ਸਾਡੇ ਨਾਲ ਰਾਬਤਾ ਕਰਕੇ ਗੱਡੀ ਲੈ ਸਕਦਾ ਵਾ। ਖਾਲੀ ਮਸ਼ੀਨ ਆ, 10 ਵੀਲਰ, ਅਤੇ ਇਸ ਗੱਡੀ ਦੀ ਡਿਮਾਂਡ ਆ ਜਿਹੜੀ ਦੋਸਤੋ 81 ਆ, 81 ਡਿਮਾਂਡ ਆ, ਲੇਕਿਨ ਥੋੜ੍ਹੀ ਬਹੁਤੀ ਕਮੀ ਪੇਸ਼ੀ ਹੋ ਜਾਏਗੀ ਮੌਕੇ 'ਤੇ। ਫਾਈਨਲ ਜਿਹੜੀ 1.75 ਦੀ ਤੁਹਾਨੂੰ ਮਿਲੇਗੀ ਗੱਡੀ, ਅਤੇ ਇਹਦੇ 'ਚ ਟਾਈਮ ਥੋੜ੍ਹਾ ਬਹੁਤਾ ਮਿਲੇਗਾ, ਜ਼ਿਆਦਾ ਟਾਈਮ ਨਹੀਂ ਮਿਲੇਗਾ। ਅਗਰ ਕੋਈ ਦੋਸਤ ਇਸ ਤਰ੍ਹਾਂ ਗੱਡੀਆਂ ਤੋਂ ਇਲਾਵਾ ਕੋਈ ਗੱਡੀ ਸਾਡੇ ਕੋਲ ਕਿਸੇ ਦੋਸਤ ਨੇ ਲੈਣੀ ਹੋਵੇ ਤਾਂ ਸਾਡੇ ਨਾਲ ਰਾਬਤਾ ਕਰ ਸਕਦਾ। ਅਗਰ ਕੋਈ ਗੱਡੀ ਦੋਸਤ ਸੇਲ ਕਰਨਾ ਚਾਹੁੰਦਾ ਤਾਂ ਫਿਰ ਵੀ ਉਹ ਰਾਬਤਾ ਕਰ ਸਕਦਾ ਵਾ, ਅਤੇ ਕਿਸੇ ਗੱਡੀ ਦੀ ਕੋਈ ਮਾਲੂਮਾਤ ਲੈਣਾ ਚਾਹੁੰਦਾ ਤਾਂ ਉਹ ਵੀ ਸਾਡੇ ਨਾਲ ਰਾਬਤਾ ਕਰ ਸਕਦਾ। ਵੀਡੀਓ 'ਚ ਨੰਬਰ ਮੈਂ ਆਪਣਾ ਦੇ ਦੂੰਗਾ। ਯਾਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਆ ਕਰੋ, ਅਤੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲਓ, ਬੈੱਲ ਵਾਲੇ ਨਿਸ਼ਾਨ ਨੂੰ ਆਲ 'ਤੇ ਕਰ ਦਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਜਿਹੜੀ ਉਹਦਾ ਮੈਸੇਜ ਤੁਹਾਡੇ ਕੋਲ ਟਾਈਮ ਤੱਕ ਆ ਜਾਵੇ। ਅਤੇ ਇਨਸ਼ਾਅੱਲਾ ਨੈਕਸਟ ਟਾਈਮ ਨਵੀਂ ਵੀਡੀਓ 'ਚ ਮੁਲਾਕਾਤ ਹੋਏਗੀ, ਅਤੇ ਅੱਲਾ ਹਾਫਿਜ਼।